ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬਿਨਾਂ ਲਾਗਤ ਦਾ ਫੇਸ ਮਾਸਕ ਬਣਾਉਣਾ। ਸਾਡੇ ਸਿਹਤ ਮੰਤਰਾਲੇ ਨੇ ਸਿਫਾਰਿਸ਼ ਕੀਤੀ ਹੈ ਕਿ ਹਰੇਕ ਨੂੰ ਬਾਹਰ ਜਾਣ ਵੇਲੇ ਫੇਸ ਮਾਸਕ ਜਾਂ ਕੋਈ ਵੀ ਚਿਹਰੇ ਨੂੰ ਢੱਕਣ ਵਾਲੀ ਚੀਜ਼ ਪਾਉਣੀ ਚਾਹੀਦੀ ਹੈ। ਤੁਹਾਡੇ ਸਮੇਤ ਕਿਸੇ ਵੀ ਵਿਅਕਤੀ ਨੂੰ ਬਿਮਾਰ ਮਹਿਸੂਸ ਕੀਤੇ ਜਾਂ ਕੋਈ ਲੱਛਣ ਦਿਖਾਏ ਬਿਨਾਂ ਕੋਰੋਨਾ ਵਾਇਰਸ ਰੋਗ ਹੋ ਸਕਦਾ ਹੈ। ਫੇਸ ਮਾਸਕ ਤੋਂ ਬਿਨਾਂ ਤੁਸੀਂ ਅਣਜਾਣੇ ਵਿੱਚ ਦੂਸਰਿਆਂ ਨੂੰ ਸੰਕਰਮਿਤ ਕਰ ਸਕਦੇ ਹੋ ਜਾਂ ਉਹਨਾਂ ਦੁਆਰਾ ਸੰਕਰਮਿਤ ਕੀਤੇ ਜਾ ਸਕਦੇ ਹੋ। ਤੁਸੀਂ ਆਸਾਨੀ ਨਾਲ ਘਰ ਵਿੱਚ ਫੇਸ ਮਾਸਕ ਬਣਾ ਸਕਦੇ ਹੋ, ਜਿਵੇਂ ਕਿ ਤੁਸੀਂ ਹੁਣ ਦੇਖੋਗੇ। ਕਦਮ 1, ਕਿਸੇ ਵੀ ਵਰਤੀ ਹੋਈ ਸੂਤੀ ਚੁੰਨੀ, ਸਕਾਰਫ, ਪੁਰਾਣੀ ਸਾੜੀ ਜਾਂ ਕਮੀਜ਼ ਤੋਂ 1x22x2 ਵਰਗ ਜਾਂ 55x55 cm ਵਰਗ, ਇਹ ਲਗਭਗ 3x3 ਹੱਥ ਫੈਲਾਵ ਹੈ। ਇੱਕ ਛੋਟੇ ਬੱਚੇ ਦਾ ਅਕਾਰਾ ਛੋਟਾ ਹੋਣਾ ਚਾਹੀਦਾ ਹੈ। ਕਦਮ 2, ਇੱਕ ਤਕੋਣ ਬਣਾਉਣ ਲਈ ਸੂਤੀ ਕੱਪੜੇ ਨੂੰ ਤੈਅ ਮਾਰੋ। ਆਪਣੇ ਨੱਕ ਅਤੇ ਮੂੰਹ ਨੂੰ ਪੂਰੀ ਤਰ੍ਹਾਂ ਢੱਕਦੇ ਹੋਏ ਇਸ ਨੂੰ ਆਪਣੇ ਚਿਹਰੇ 'ਤੇ ਰੱਖੋ। ਆਪਣੇ ਸਿਰ ਦੇ ਪਿਛਲੇ ਪਾਸੇ ਇੱਕ ਗੱਟ ਮਾਰੋ। ਇਹ ਯਕੀਨੀ ਬਣਾਓ ਕਿ ਫੇਸ ਮਾਸਕ ਮਜ਼ਬੂਤੀ ਨਾਲ ਆਪਣੇ ਸਥਾਨ 'ਤੇ ਲਗਾਇਆ ਗਿਆ ਹੈ। ਇਹ ਤੁਹਾਡੇ ਲਈ ਆਰਾਮਦਾਇਕ ਹੈ ਅਤੇ ਤੁਸੀਂ ਆਸਾਨੀ ਨਾਲ ਸਾਹ ਲੈ ਸਕਦੇ ਹੋ। ਆਖਰੀ ਕਦਮ ਲਈ ਮਰਦਾਂ ਅਤੇ ਔਰਤਾਂ ਦੇ ਕੱਪੜੇ 'ਤੇ ਲਗਾਈ ਜਾਣ ਵਾਲੀ ਸੂਤੀ ਟੇਪ ਲਓ ਅਤੇ ਉਸ ਨੂੰ ਬੰਨ ਦਿਓ ਤਾਂ ਜੋ ਮਾਸਕ ਆਪਣੇ ਸਥਾਨ 'ਤੇ ਵੱਧ ਮਜ਼ਬੂਤੀ ਨਾਲ ਬੰਨਿਆ ਜਾਵੇ। ਕਦਮ 3, ਪਰਿਵਾਰ ਦੇ ਹਰੇਕ ਸਦੱਸ ਕੋਲ 2 ਵੱਖਰੇ ਫੇਸ ਮਾਸਕ ਹੋਣੇ ਚਾਹੀਦੇ ਹਨ ਤਾਂ ਜੋ ਹਰ ਕੋਈ ਲਾਜ਼ਮੀ ਤੌਰ 'ਤੇ ਇੱਕ ਤਾਜ਼ਾ ਸਾਫ਼ ਸੁਥਰਾ ਫੇਸ ਮਾਸਕ ਵਰਤੇ। ਪਰਿਵਾਰਕ ਸਦੱਸਾਂ ਨੂੰ ਆਪਸ ਵਿੱਚ ਇੱਕ ਦੂਜੇ ਦਾ ਫੇਸ ਮਾਸਕ ਸਾਂਝਾ ਨਹੀਂ ਕਰਨਾ ਚਾਹੀਦਾ ਹੈ। ਫੇਸ ਮਾਸਕ ਨੂੰ 2 ਸਾਲ ਤੋਂ ਘੱਟ ਬੱਚਿਆਂ ਨਹੀਂ ਪਹਿਨਾਉਣਾ ਚਾਹੀਦਾ ਹੈ। ਫੇਸ ਮਾਸਕ ਦੀ ਸਾਫ਼ ਸਫਾਈ ਅਤੇ ਢੁੱਕਵੀਂ ਵਰਤੋਂ। ਸਾਰੇ ਨਵੇਂ ਫੇਸ ਮਾਸਕਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ। ਵਰਤਣ ਤੋਂ ਪਹਿਲਾਂ ਇਹਨਾਂ ਨੂੰ ਪੂਰੀ ਤਰ੍ਹਾਂ ਸੁਕਾਓ। ਫੇਸ ਮਾਸਕ ਨੂੰ ਮੂੰਹ ਵਿੱਚ ਪਾਉਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ। ਫੇਸ ਮਾਸਕ ਦੇ ਅਗਲੇ ਹਿੱਸੇ ਨੂੰ ਹੱਥ ਨਾਲ ਛੂਓ ਨਾ, ਸਿਰਫ ਪਿਛਲੇ ਪਾਸੇ ਤੋਂ ਹੀ ਐਡਜਸਟ ਕਰੋ। ਆਪਣੇ ਫੇਸ ਮਾਸਕ ਨੂੰ ਪਿਛਲੇ ਪਾਸੇ ਤੋਂ ਹੀ ਹਟਾਓ। ਵਰਤੇ ਹੋਏ ਫੇਸ ਮਾਸਕ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ। ਯਾਦ ਰੱਖੋ, ਸਾਫ਼ ਅਤੇ ਠੀਕ ਢੰਗ ਨਾਲ ਪਾਏ ਫੇਸ ਮਾਸਕ ਦੀ ਸਿਰਫ ਤਦੋਂ ਹੀ ਤੁਹਾਨੂੰ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ ਜੇ ਤੁਸੀਂ ਬਾਹਰ ਰਹਿਣ ਦੌਰਾਨ ਇਸ ਨੂੰ ਹਰ ਵੇਲੇ ਆਪਣੇ ਚਿਹਰੇ 'ਤੇ ਪਾਈ ਰੱਖਦੇ ਹੋ। ਜਦੋਂ ਵੀ ਤੁਸੀਂ ਬਾਹਰ ਜਾਣਾ ਹੋਵੇ ਤਾਂ ਤੁਹਾਨੂੰ ਹੋਰਾਂ ਤੋਂ ਲਾਜ਼ਮੀ ਤੌਰ 'ਤੇ ਘੱਟੋ ਘੱਟ 2 ਮੀਟਰ ਜਾਂ 6 ਫੁੱਟ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਸੁਰੱਖਿਅਤ ਬਣੇ ਰਹੋ।